मैं समझदा कि कल जिस तरीके दे नाल सरदार जोगिंदर सिंह जी भोला वासी चीमा उगराहा किसान यूनियन दे सीनियर लीडर उन्होंने बठिंडा थर्मल पावर प्लांट दे जाके अगे अपनी जान दिती है, मैं समझदा कि उन्हां दी कुर्बानी है जिहड़ी उह अजाई नहीं जानी चाहीदी हैगी। पहला तो बठिंडा थर्मल पावर प्लांट नूं बंद करन दे नादरशाही फैसले की वजह करके पंजाब सरकार ने कई हजार लोगों के ढिड के उपर लाती मारी सी, पर मैं समझदा कि हुण जाना भी जिहड़ियां जानियां ने वो इस नादरशाही फैसले की वजह करके जानी शुरू हो गई ने। याद रहे कि इसे गुरु नानक देव बठिंडा थर्मल पावर प्लांट नूं चालू रखने के लिए इहदा नवीनीकरण किया गया 737 करोड़ रुपए 2006-07 दे विच खर्च किए गए सीगे ते इहदा लाइफ स्पैन है जिहड़ा अपग्रेडेशन तो बाद ਉਹ ਤਕਰੀਬਨ 2030-31 ਤੱਕ ਵੱਧ ਗਿਆ ਸੀਗਾ, ਯਾਨੀ ਕਿ 10-11 ਸਾਲ ਇਹ ਹੋਰ ਬੜੇ ਵਧੀਆ ਤਰੀਕੇ ਨਾਲ ਚੱਲ ਸਕਦਾ ਸੀਗਾ। ਪਰ ਕਿਉਂਕਿ ਪੰਜਾਬ ਸਰਕਾਰ ਜਿਹੜੀ ਕਿ ਲੈਂਡ ਸ਼ਾਰਕਸ ਨੇ ਜਿਹੜੀਆਂ ਲੈਂਡ ਮਾਫੀਆ ਨੂੰ ਇਹ ਜ਼ਮੀਨਾਂ ਵੇਚਣਾ ਚਾਹੁੰਦਾ ਹੈ ਤੇ ਇਸ ਵਜ੍ਹਾ ਕਰਕੇ ਨਾਦਰਸ਼ਾਹੀ ਫੈਸਲਾ ਕੀਤਾ ਤੇ ਕਾਫੀ ਜ਼ਮੀਨ ਹੈ ਜਿਹੜੀ ਉਹ ਪੁੱਡਾ ਨੂੰ ਟ੍ਰਾਂਸਫਰ ਕਰ ਦਿੱਤੀ ਗਈ, ਜਦ ਕਿ ਹੋਣਾ ਤਾਂ ਇਹ ਚਾਹੀਦਾ ਸੀਗਾ ਕਿ ਇਸੇ ਜ਼ਮੀਨ ਦੇ ਉੱਪਰ ਬਠਿੰਡਾ ਥਰਮਲ ਪਾਵਰ ਪਲਾਂਟ ਦੇ ਬੋਰਡ ਆਫ ਡਾਇਰੈਕਟਰਸ ਨੇ ਇੱਕ ਫੈਸਲਾ ਕੀਤਾ ਸੀ ਅੱਜ ਤੋਂ 2 ਸਾਲ ਪਹਿਲਾਂ ਕਿ ਇਹਦਾ ਇੱਕ ਯੂਨਿਟ ਹੈ ਜਿਹੜਾ ਉਹ ਪਰਾਲੀ ਦੇ ਉੱਪਰ ਚਲਾਇਆ ਜਾਵੇ, ਜਿਹਦੇ ਨਾਲ ਆਸੇ ਪਾਸੇ ਦੇ 40-45 ਪਿੰਡ ਨੇ ਜਿਹੜੇ ਉਹਨਾਂ ਤੋਂ ਦੇ ਵਿੱਚੋਂ ਕਿਸਾਨਾਂ ਦੀ ਪਰਾਲੀ ਹੈ ਜਿਹੜੀ ਕਣਕ ਔਰ ਝੋਨੇ ਦੀ ਉਹ ਲਈ ਜਾਵੇਗੀ ਔਰ ਉਹਦੇ ਨਾਲ ਇਹ ਥਰਮਲ ਚੱਲ ਸਕਦਾ, 60 ਮੈਗਾਵਾਟ ਦਾ ਯੂਨਿਟ ਤਿਆਰ ਹੋ ਸਕਦਾ। ਇਹਦੇ ਨਾਲ ਕਿਸਾਨਾਂ ਨੂੰ ਵੀ ਹਰੇਕ ਏਕੜ ਮਗਰ ਤਕਰੀਬਨ 3000 ਰੁਪਏ ਦਾ ਫਾਇਦਾ ਹੋਣਾ ਸੀਗਾ ਔਰ ਬਿਜਲੀ ਵੀ ਬਹੁਤ ਸਸਤੇ ਰੇਟਾਂ ਦੇ ਉੱਪਰ ਤਿਆਰ ਹੋਣੀ ਸੀਗੀ, ਪਰ ਉਹਦੇ ਉੱਪਰ ਫੈਸਲਾ ਨਹੀਂ ਲਿਆ ਹੈਗਾ, ਸਿਰਫ ਆਪਦੇ ਚਹੇਤਿਆਂ ਨੂੰ ਇਹ ਜ਼ਮੀਨਾਂ ਵੇਚਣ ਦਾ ਇਹਨਾਂ ਨੇ ਫੈਸਲਾ ਲਿਆ। ਦੂਜੇ ਪਾਸੇ ਇਸੇ ਜ਼ਮੀਨ ਦੇ ਉੱਪਰ ਜੇ ਸਰਕਾਰ ਚਾਹੇ 325 ਮੈਗਾਵਾਟ ਦਾ ਸੋਲਰ ਪਾਵਰ ਪਲਾਂਟ ਹੈ ਜਿਹੜਾ ਤਕਰੀਬਨ 1.5-1.75 ਦੇ ਕਰੀਬ ਏਕੜ ਜ਼ਮੀਨ ਹੈ, 325 ਮੈਗਾਵਾਟ ਦਾ ਸੋਲਰ ਪਾਵਰ ਪਲਾਂਟ ਹੈ ਜਿਹੜਾ ਉਹ ਲੱਗ ਸਕਦਾ, ਪਰ ਉਹ ਵੀ ਨਹੀਂ ਲਗਾਉਣਾ ਚਾਹੁੰਦੇ ਹੈ ਕਿਉਂਕਿ ਜ਼ਮੀਨਾਂ ਦੇ ਉੱਪਰ ਕਬਜ਼ੇ ਕਰ ਰਹੇ ਨੇ, ਜਿਹਦੀ ਵਜ੍ਹਾ ਕਰਕੇ ਜਿਸ ਦੇ ਰੋਜ਼ ਦੇ ਵਿੱਚ ਸਰ ਜਗਿੰਦਰ ਸਿੰਘ ਜੀ ਹੋਣਾ ਨੇ ਉੱਥੇ ਜਾ ਕੇ ਮੈਂ ਸਮਝਦਾ ਕਿ ਆਪਣੀ ਜਾਨ ਦਿੱਤੀ ਹੈ। ਮੈਂ ਸਮਝਦਾ ਕਿ ਸਰਕਾਰ ਨੂੰ ਸ਼ਰਮ ਹੋਣੀ ਚਾਹੀਦੀ ਹੈ ਕਿ ਅੱਜ ਜਦ ਸਾਰੀ ਦੁਨੀਆ ਦੇ ਵਿੱਚ ਬਾਬੇ ਨਾਨਕ ਦਾ 550 ਸਾਲ ਮਨਾ ਕੇ ਹਟਿਆ ਆਪਾਂ ਬੜੇ ਧੂਮਧਾਮ ਦੇ ਨਾਲ ਪਿਛਲੇ ਸਾਲ, ਤੇ ਇਹਨਾਂ ਹਾਲਾਤਾਂ ਦੇ ਵਿੱਚ ਨਵੀਆਂ ਯਾਦਗਾਰਾਂ ਬਣਾਉਣ ਦੀ ਬਜਾਏ ਪੰਜਾਬ ਦੇ ਵਿੱਚ ਬਣੀਆਂ ਹੋਈਆਂ ਪਹਿਲਾਂ ਹੀ ਯਾਦਗਾਰਾਂ ਬਾਬੇ ਨਾਨਕ ਜੀ ਦੇ ਨਾਂ ਦੀਆਂ ਉਹਨਾਂ ਨੂੰ ਪੰਜਾਬ ਸਰਕਾਰ ਹੈ ਜਿਹੜੀ ਉਹ ਖਤਮ ਕਰਨ ਜਾ ਰਹੀ ਹੈ। ਇਹਦੇ ਨਾਲ ਇੱਕ ਮਾੜੀ ਸੋਚ, ਮਾੜੀ ਨੀਅਤ ਔਰ ਨੀਤੀ ਹੈ ਜਿਹੜੀ ਪੰਜਾਬ ਸਰਕਾਰ ਦੀ ਉਹ ਸਾਹਮਣੇ ਆਉਂਦੀ ਹੈ। ਸੋ ਇਸ ਕਰਕੇ ਅਸੀਂ ਇਸ ਦਾ ਸਖ਼ਤ ਵਿਰੋਧ ਕਰਦੇ ਹਾਂ।